ਫਰੈਂਡ ਜੀ, ਫਰੀਦਕੋਟ ਦੇ ਇਹ ਜੁਬਲੀ ਚੌਂਕ ਵਿਖੇ ਆਲਸ ਦੇ ਪੀਟੀ ਨਾਲ ਰਿਲੇਟਡ ਸਰਵਿਸਿਜ਼ ਦੇ ਰਿਹਾ ਜੀ ਦਾ ਇੰਗਲਿਸ਼ ਗੁਰੂ ਸਟੂਡੈਂਟਸ ਦੀ ਪਹਿਲੀ ਪਸੰਦ ਬਣ ਚੁੱਕਿਆ। ਜਾਣਦੇ ਆ ਜੀ ਅੰਦਰ ਕੀ ਰੀਜ਼ਨ ਹੈ ਜੀ, ਸਟੂਡੈਂਟਸ ਨੂੰ ਬਹੁਤ ਜ਼ਿਆਦਾ ਪਸੰਦ ਕਿਉਂ ਆ ਰਿਹਾ ਦਾ ਇੰਗਲਿਸ਼ ਗੁਰੂ। ਦਰਸ਼ਕ, ਤੁਸੀਂ ਦੇਖ ਸਕਦੇ ਹੋ ਦਾ ਇੰਗਲਿਸ਼ ਗੁਰੂ ਦੀ ਰਿਸੈਪਸ਼ਨ ਹੈ ਜੀ। ਤੁਸੀਂ ਨੌਲੇਜ ਲੈਣੀ ਹੋਵੇ ਆਲਸ ਬਾਰੇ, ਪੀਟੀ ਬਾਰੇ, ਆਪਣੀ ਪਰਸਨੈਲਿਟੀ ਡਿਵੈਲਪਮੈਂਟ ਬਾਰੇ ਜਾਂ ਫਿਰ ਆਪਣੀ ਇੰਟਰਵਿਊ ਸਕਿੱਲਸ ਬਾਰੇ ਜੀ, ਹਰੇਕ ਤਰ੍ਹਾਂ ਦੀ ਨੌਲੇਜ ਤੇ ਕਾਉਂਸਲਿੰਗ ਤੁਹਾਨੂੰ ਇੱਥੇ ਪ੍ਰੋਵਾਈਡ ਕਰਵਾਈ ਜਾਂਦੀ ਹੈ। ਰੀਜ਼ਨ ਸੈਕਸ਼ਨ ਨੂੰ ਸਟੱਡੀ ਸੈਕਸ਼ਨ ਤੋਂ ਬਿਲਕੁਲ ਅਲੱਗ ਰੱਖਿਆ ਗਿਆ। ਇੱਕ ਛੋਟੀ ਜਿਹੀ ਨਜ਼ਰ ਮਰਵਾਉਣਾ ਚਾਹਾਂਗੀ ਜਿਹਨਾਂ ਦੇ ਰਿਜ਼ਲਟ ਜੀ ਜੋ ਕਿ ਬਹੁਤ ਜ਼ਿਆਦਾ ਲਾਜਵਾਬ ਨੇ। ਫਿਰ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਬਿਹਤਰੀਨ ਰਿਜ਼ਲਟ ਇਹਨਾਂ ਨੇ ਦਿੱਤੇ ਹੋਏ ਫਰੀਦਕੋਟ ਦੇ ਵਿੱਚ। ਦੈਟਸ ਵਾਈ ਦਾ ਇੰਗਲਿਸ਼ ਗੁਰੂ ਸਟੂਡੈਂਟ ਦੀ ਪਹਿਲੀ ਪਸੰਦ ਬਣਿਆ ਹੋਇਆ। ਸੋ ਫਰੈਂਡ, ਜਿਵੇਂ ਕਿ ਤੁਸੀਂ ਦੇਖਿਆ ਕਿ ਦਾ ਇੰਗਲਿਸ਼ ਗੁਰੂ ਦੇ ਵਿੱਚ ਤੁਹਾਨੂੰ ਹਰੇਕ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕਰਵਾਈ ਜਾ ਰਹੀ ਹੈ, ਫੁੱਲੀ ਏਸੀ ਕਲਾਸਰੂਮਸ ਨੇ, ਬਟ ਐਕਸਪੀਰੀਅੰਸ ਬੱਚਿਆਂ ਦਾ ਕਿਹੋ ਜਿਹਾ ਜੀ ਜਾਣਦੇ ਆ ਜੀ ਉਹਨਾਂ ਦੇ ਕੋਲੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਤੁਹਾਡਾ ਨਾਮ? ਮੈਮ, ਮੇਰਾ ਨਾਮ ਜਸਪ੍ਰੀਤ ਸਿੰਘ ਹੈ। ਓਕੇ ਜਸਪ੍ਰੀਤ ਜੀ, ਜੇਕਰ ਮੈਂ ਗੱਲ ਕਰਾਂ, ਕਦੋਂ ਜੁਆਇਨ ਕੀਤਾ ਤੁਸੀਂ ਦਾ ਇੰਗਲਿਸ਼ ਗੁਰੂ? ਮੈਮ, ਮੈਨੂੰ ਅਬਾਊਟ 1 month ਹੋ ਗਿਆ। ਮੈਨੂੰ ਮੇਰੇ ਫਰੈਂਡ ਜਗਮੀਤ ਨੇ ਦੱਸਿਆ ਸੀਗਾ ਵੀ ਇਸ ਬਾਰੇ, ਉਹਨੇ 7 band ਅਚੀਵ ਕੀਤੇ ਆ ਇਸ ਇੰਸਟੀਟਿਊਟ ਤੋਂ। ਜੇਕਰ ਮੈਂ ਗੱਲਬਾਤ ਕਰਾਂ ਫੀਸ ਸਟਰਕਚਰ ਦੀ, ਕਿੰਨਾ ਕੁ ਲੱਗਦਾ ਪਾਕਿਟ ਨਾਲ ਫ੍ਰੈਂਡਲੀ ਹੈ? ਮੈਮ, ਇਹ ਅਫੋਰਡੇਬਲ ਹੈ, ਲਗਭਗ ਸਭ ਦੇ ਲਈ ਬਹੁਤ ਵਧੀਆ ਹੈ, ਮਤਲਬ ਅਤੇ ਸਟੱਡੀ ਆਲਸੋ ਬਹੁਤ ਵਧੀਆ ਇੱਥੇ। ਕਿਹੜੀ ਇਹੋ ਜਿਹੀ ਫੈਸਿਲਿਟੀਜ਼ ਹੈ ਜਿਹੜੀਆਂ ਕਿ ਤੁਹਾਨੂੰ ਇੱਕ ਇੰਸਟੀਟਿਊਟ ਦੇ ਵਿੱਚ ਚਾਹੀਦੀਆਂ ਹੁੰਦੀਆਂ ਨੇ ਅਤੇ ਤੁਸੀਂ ਉਹਨਾਂ 'ਤੇ ਨਜ਼ਰ ਮਰਵਾਉਣਾ ਚਾਹੋਗੇ? ਵੈਸੇ ਇੱਕ ਇੰਸਟੀਟਿਊਟ ਦੇ ਵਿੱਚ ਆਪਾਂ ਦੇਖੀਏ ਤਾਂ ਵੈਲ ਕੁਆਲੀਫਾਈਡ ਟੀਚਰਸ ਹੋਣੇ ਚਾਹੀਦੇ, ਇੱਕ ਵਧੀਆ ਤਰੀਕੇ ਦਾ ਮਟੀਰੀਅਲ ਪ੍ਰੋਵਾਈਡ ਹੋਵੇ। ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ ਵੈਲ ਇੰਸਟੀਟਿਊਟ ਤਾਂ ਮਿਲ ਜਾਂਦਾ ਪਰ ਬੈਚਿਸ ਹੈ ਜਿਹੜੇ ਕਿ ਉਹ ਨਹੀਂ ਕੰਫਰਟੇਬਲ ਮਿਲਦੇ। ਆਰ ਯੂ ਮਤਲਬ ਸੈਟੀਸਫਾਈ ਵਿਦ ਦ ਬੈਚਿਸ? ਯੈਸ, ਆਈ ਐਮ ਫੁੱਲੀ ਸੈਟੀਸਫਾਈਡ। ਇਸ ਦੇ ਵਿੱਚ ਕੋਈ ਇੱਦਾਂ ਹੈ ਨਹੀਂਗਾ ਵੀ ਜ਼ਿਆਦਾ ਬੈਚਿਸ ਵਿੱਚ ਜ਼ਿਆਦਾ ਬੱਚੇ ਹੋਣ। ਇੱਕ ਬੈਚਿਸ ਦੇ ਵਿੱਚ ਮੈਕਸੀਮਮ 10 ਸਟੂਡੈਂਟਸ ਹੁੰਦੇ ਤਾਂ ਕਿ ਟੀਚਰਸ ਹੈ ਉਹ ਹਰੇਕ ਬੱਚੇ 'ਤੇ ਅੱਛੇ ਤਰ੍ਹਾਂ ਧਿਆਨ ਦੇ ਸਕਣ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੁਸੀਂ ਆਲਸ ਕਰਨੀ ਹੋਵੇ, ਪੀਟੀ ਕਰਨੀ ਹੋਵੇ ਜਾਂ ਆਪਣੀ ਕੋਈ ਵੀ ਸਕਿੱਲ ਇਨਹਾਂਸ ਕਰਨੀਆਂ ਹੋ, ਨਾਲ ਦੀ ਨਾਲ ਪਰਸਨੈਲਿਟੀ ਡਿਵੈਲਪਮੈਂਟ ਦਾ ਕੋਰਸ ਕਰਨਾ ਹੋਵੇ ਜੀ, ਤੁਸੀਂ ਦਾ ਇੰਗਲਿਸ਼ ਗੁਰੂ ਫਰੀਦਕੋਟ ਵਿਖੇ ਜੁਆਇਨ ਕਰ ਸਕਦੇ ਹੋ। ਇਵਨ ਕਿ ਤੁਸੀਂ ਦੇਖ ਸਕਦੇ ਹੋ ਕਿ ਆਲਸ ਤੋਂ ਬਾਅਦ ਜੀ ਮੈਂ ਪੀਟੀ ਸੈਂਟਰ ਦੇ ਵਿੱਚ ਐਂਟਰ ਕੀਤੀਆਂ ਜਿੱਥੇ ਕਿ ਤੁਹਾਨੂੰ ਪ੍ਰੋਪਰਲੀ ਕਲਾਸ ਰੂਮਸ ਪ੍ਰੋਵਾਈਡ ਕਰਵਾਈਆਂ ਗਈਆਂ ਨੇ। ਪੀਟੀ ਟੀਚਰ ਆਲਸ ਟੀਚਰਸ ਤੋਂ ਬਿਲਕੁਲ ਡਿਫਰੈਂਟ ਹੁੰਦੇ ਨੇ ਅਤੇ ਉਸ ਚੀਜ਼ ਦਾ ਵੀ ਇਹਨਾਂ ਨੇ ਬਹੁਤ ਧਿਆਨ ਰੱਖਿਆ ਹੋਇਆ। ਮੇਰਾ ਨਾਮ ਮਨਜੀਤ ਸਿੰਘ ਹੈ, ਮੈਂ PTE ਤੋਂ ਕਲਾਸਿਸ ਲੈ ਰਿਹਾ। ਇੱਥੋਂ ਦਾ ਬਹੁਤ ਵਧੀਆ ਐਕਸਪੀਰੀਅੰਸ ਗੇਨ ਹੋਇਆ, ਅੱਗੇ ਵੀ ਫਿਊਚਰ ਵਿੱਚ ਬਹੁਤ ਕੰਮ ਆਵੇਗਾ। ਇੱਥੋਂ ਦੇ ਟੀਚਰ ਬਹੁਤ ਵਧੀਆ ਹਨ, ਬਹੁਤ ਵਧੀਆ ਕਲਾਸਿਸ ਦੇ ਰਹੇ ਹਨ। ਆਉਣ ਵਾਲੇ ਫਿਊਚਰ ਵਿੱਚ ਮੈਂ ਚਾਹੁੰਦਾ ਹਾਂ ਜਿੰਨੇ ਵੀ ਸਟੂਡੈਂਟ ਹਨ ਇੱਥੋਂ ਕਲਾਸਿਸ ਲੈ ਕੇ ਆਪਣੇ ਫਿਊਚਰ ਨੂੰ ਬ੍ਰਾਈਟ ਕਰਨ। ਥੈਂਕਸ। ਫਾਈਨਲੀ ਜੀ, ਮੈਂ ਮੈਨੂੰ ਰਿਸੈਪਸ਼ਨ ਤੇ ਪਤਾ ਲੱਗਿਆ ਸੀ ਜੀ ਸਟੂਡੈਂਟ ਦੇ ਆਲ ਸੈਕਸ਼ਨ ਨੂੰ, ਯਾਨੀ ਕਿ ਐਜੂਕੇਸ਼ਨ ਸੈਕਸ਼ਨ ਨੂੰ ਤੇ ਵੀਜ਼ਾ ਸੈਕਸ਼ਨ ਨੂੰ ਬਿਲਕੁਲ ਅਲੱਗ ਰੱਖਿਆ ਗਿਆ। ਇਸ ਚੀਜ਼ ਨਾਲ ਰਿਲੇਟਡ ਮੈਂ ਜੀ ਦਾ ਇੰਗਲਿਸ਼ ਗੁਰੂ ਦੇ ਪਹਿਲਾਂ ਲੱਗੀ ਹੋਈ ਵੀਜ਼ਾ ਦੇਖੇ ਕਿ ਆਪਣਾ ਭਰੋਸਾ ਇਹਨਾਂ ਨੇ ਕਿੰਨਾ ਕੁ ਜ਼ਿਆਦਾ ਕਾਇਮ ਕੀਤਾ ਹੋਇਆ, ਬਟ ਮੈਨੂੰ ਉਹੀ ਮੇਰਾ ਮਨਪਸੰਦ ਦਾ ਰਿਜ਼ਲਟ ਜਿਹੜਾ ਕਿ ਸਾਹਮਣੇ ਆਇਆ। ਦੈਟਸ ਵਾਈ ਸਟੂਡੈਂਟ ਬਹੁਤ ਜ਼ਿਆਦਾ ਟਰੱਸਟ ਕਰਦੇ ਨੇ ਦਾ ਇੰਗਲਿਸ਼ ਗੁਰੂ ਤੇ ਜੀ। ਤੁਸੀਂ ਦੇਖ ਸਕਦੇ ਹੋ ਕਿ ਇਸ ਸੈਕਸ਼ਨ ਦੇ ਵਿੱਚ ਫਾਈਨਲੀ ਸਟੂਡੈਂਟ ਦੀ ਪ੍ਰੋਫਾਈਲ ਨੂੰ ਚੈੱਕ ਕੀਤਾ ਜਾਂਦਾ, ਉਸਦੀ ਐਲੀਜੀਬਿਲਟੀ ਦੇਖੀ ਜਾਂਦੀ ਹੈ, ਉਸਦਾ ਕ੍ਰਾਈਟੀਰੀਆ ਚੈੱਕ ਕੀਤਾ ਜਾਂਦਾ ਕਿਹੜੀ ਕੰਟਰੀ ਲਈ ਉਹ ਐਲੀਜੀਬਲ ਹੈ। ਸਿਵਨ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਜੀ ਦ ਇੰਗਲਿਸ਼ ਗੁਰੂ 'ਚ ਬਹੁਤ ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਕਿ ਸਟੂਡੈਂਟਸ ਨੂੰ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ, ਬਟ ਇੱਥੋਂ ਦੀ ਮੈਨੇਜਮੈਂਟ ਨਾਲ ਅਸੀਂ ਛੋਟੀ ਜਿਹੀ ਡਿਸਕਸ਼ਨ ਕਰਾਂਗੇ। ਕੁਸ਼ਲ ਜੀ, ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਮਤਲਬ ਤੁਸੀਂ ਇੰਗਲਿਸ਼ ਗੁਰੂ ਦਾ ਇੰਨਾ ਖੂਬਸੂਰਤ ਸੈਟਅਪ ਆਲਸ ਨਾਲ ਰਿਲੇਟਡ ਲਗਾਇਆ, ਸਟੱਡੀ ਨਾਲ ਰਿਲੇਟਡ ਲਗਵਾਇਆ, ਬਟ ਤੁਸੀਂ ਫਰੀਦਕੋਟ ਹੀ ਕਿਉਂ ਚੂਜ਼ ਕੀਤਾ? ਬੇਸਿਕਲੀ ਫਰੀਦਕੋਟ ਦੇ ਵਿੱਚ ਬਹੁਤ ਸਾਰੇ ਸਕੂਲਸ ਐਂਡ ਕਾਲਜਸ ਹੈਗੇ ਆ, ਇਟਸ ਅ ਐਜੂਕੇਸ਼ਨਲ ਹੱਬ ਅੱਜ ਦੀ ਡੇਟ ਦੇ ਵਿੱਚ ਇਹ, ਐਂਡ 90% ਸਟੂਡੈਂਟਸ ਦਾ ਜਿਹੜਾ ਹੈ ਮੋਟਿਵ ਏਮ ਆ ਉਹਨਾਂ ਦੀ ਬਾਹਰ ਜਾ ਕੇ ਸਟੱਡੀ ਕਰਨ ਦੀ ਹੈ। ਸੋ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਇੱਥੇ ਇੱਕ ਬੈਸਟ ਸੈਟਅਪ ਦਿੱਤਾ ਜਾਵੇ ਸਟੂਡੈਂਟਸ ਨੂੰ, ਤਾਂ ਕਿ ਉਹਨਾਂ ਨੂੰ ਚੰਡੀਗੜ੍ਹ ਜਾਂ ਮੋਹਾਲੀ ਕਿਤੇ ਹੋਰ ਜਾ ਕੇ ਆਪਣੀ ਆਈਐਲਟੀਸ ਦੀ ਪ੍ਰੈਪਰੇਸ਼ਨ ਲਈ ਨਾ ਜਾਣਾ ਪਵੇ। ਦਾ ਇੰਗਲਿਸ਼ ਗੁਰੂ ਬਹੁਤ ਸਾਰੇ ਕੋਰਸਿਸ ਪ੍ਰੋਵਾਈਡ ਕਰਵਾ ਰਿਹਾ, ਡਿਟੇਲਿੰਗ ਨਾ ਉਸ ਬਾਰੇ ਥੋੜਾ ਜਿਹਾ ਦੱਸੋ। ਮੈਮ, ਆਈਐਲਟੀਸ ਅਸੀਂ ਕਰਵਾ ਰਹੇ ਹੈਗੇ ਹਾਂ, ਐਂਡ ਵੀ ਆਰ ਅਸੀਂ PTE ਕਰਵਾ ਰਹੇ ਹੈਗੇ ਹਾਂ, ਵਨ ਆਫ ਦਾ ਬੈਸਟ ਇੰਸਟੀਟਿਊਟ ਹੈ ਜਿਹੜਾ PTE ਕਰਵਾ ਰਿਹਾ ਹੈਗਾ। ਅਗਰ ਕੋਈ ਬੱਚਾ ਬਾਹਰ ਨਹੀਂ ਜਾਣਾ ਚਾਹੁੰਦਾ ਐਂਡ ਆਪਣੀ ਇੰਗਲਿਸ਼ ਇੰਪਰੂਵ ਕਰਨਾ ਚਾਹੁੰਦਾ, ਸੋ ਅਸੀਂ ਇੱਕ ਸਮਾਰਟ ਟਾਕ ਨਾਮ ਦੇ ਅੰਡਰ ਇੱਕ ਪ੍ਰੋਗਰਾਮ ਸਟਾਰਟ ਕੀਤਾ ਹੋਇਆ, ਜਿਹਦੇ ਵਿੱਚ ਅਸੀਂ ਇੰਟਰਵਿਊ ਪ੍ਰੈਪਰੇਸ਼ਨਸ ਕਰਵਾਉਂਦੇ ਹਾਂ ਬੱਚਿਆਂ ਦੀਆਂ, ਉਹਦੇ ਵਿੱਚ ਉਹਨਾਂ ਦੇ ਬੇਸਿਕ ਸਕਿੱਲਸ ਐਨਹਾਂਸ ਹੁੰਦੇ ਆ, ਔਰ ਹੋਰ ਵੀ ਉਹਨਾਂ ਦੀ ਇੰਗਲਿਸ਼ ਸਕਿੱਲਸ ਜਿਹੜੇ ਵੀ ਉਹ ਐਨਹਾਂਸ ਕਰਨਾ ਚਾਹੁੰਦੇ ਆਪਣੇ ਉਹ ਕਰ ਸਕਦੇ ਆ ਇਸ ਕੋਰਸ ਦੇ ਵਿੱਚ। ਤੁਸੀਂ ਦੋ ਫਲੋਰ ਤੇ ਡਿਫਰੈਂਟ ਡਿਫਰੈਂਟ ਐਜੂਕੇਸ਼ਨ ਹੱਬ ਬਣਾਏ ਹੋਏ, ਇਸ ਦਾ ਕੀ ਰੀਜ਼ਨ ਹੈ?
ਮੈਮ ਬੇਸਿਕਲੀ ਜਿਹੜੇ ਹੈਗੇ ਉੱਪਰ ਜਿਹੜਾ ਅਪਰ ਫਲੋਰ ਹੈਗਾ ਸਾਡੇ ਉਹਦੇ ਵਿੱਚ ਅਸੀਂ ਇੰਟਰਵਿਊ ਪ੍ਰੈਪਰੇਸ਼ਨ ਜ਼ਿਆਦਾ ਕਰਵਾਉਂਦੇ ਹੈਗੇ ਹਾਂ ਬੇਸਿਕਲੀ ਇੱਕ ਸੈਪਰੇਟ ਇਨਵਾਇਰਮੈਂਟ ਦਿੱਤਾ ਹੋਇਆ ਸਟੂਡੈਂਟਸ ਨੂੰ ਜਿੱਥੇ ਉਹ ਇੰਗਲਿਸ਼ ਦੀ ਪ੍ਰੈਕਟਿਸ ਕਰ ਸਕਦੇ ਆ ਬੋਲਦੇ ਸਰ ਜੇ ਮੈਂ ਟੀਚਰਸ ਦੀ ਗੱਲ ਕਰਾਂ ਤਾਂ ਟੀਚਰਸ ਨੂੰ ਕਿਵੇਂ ਤੁਸੀਂ ਅਪ ਟੂ ਡੇਟ ਰੱਖਦੇ ਮੈਮ ਟੀਚਰਸ ਨੂੰ ਅਸੀਂ ਸੈਮੀਨਾਰਸ 'ਤੇ ਭੇਜਦੇ ਹੈਗੇ ਜਿਹੜੇ IDP ਔਰ ਬ੍ਰਿਟਿਸ਼ ਕਾਊਂਸਲ ਵੱਲੋਂ ਕੰਡਕਟ ਹੁੰਦੇ ਆ ਈਵਨ ਜਿਹੜੇ ਸੈਮੀਨਾਰਸ ਪੀਅਰਸਨ ਕੰਡਕਟ ਕਰਦਾ ਫੋਰ PTE ਦੇ ਲਈ ਸਾਰੇ ਟੀਚਰਸ ਉੱਥੇ ਜਾਂਦੇ ਆ ਵੀਕਲੀ ਟ੍ਰੇਨਿੰਗ ਲੈਂਦੇ ਹੈਗੇ ਆ ਇਹਦਾ ਵੰਸ ਅ ਈਅਰ ਇਹਦੀ ਟ੍ਰੇਨਿੰਗ ਹੁੰਦੀ ਆ ਉੱਥੇ ਜਾਂਦੇ ਆ ਇਹ ਸਟੂਡੈਂਟਸ ਟੀਚਰਸ ਜਾਂਦੇ ਹੈਗੇ ਆ ਔਰ ਆਪਣੇ ਨਵੇਂ ਸਕਿੱਲਸ ਉੱਥੋਂ ਲੈ ਕੇ ਆਉਂਦੇ ਆ ਕਿ ਅਪਡੇਸ਼ਨ ਲੈ ਕੇ ਆਉਂਦੇ ਆ ਕਿ ਹੋਰ ਕਿਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਪੜ੍ਹਾ ਸਕੀਏ ਤੁਸੀਂ ਆਨਲਾਈਨ ਬਹੁਤ ਜ਼ਿਆਦਾ ਆਪਣੇ ਸਟੂਡੈਂਟਸ ਨੂੰ ਅਪ ਟੂ ਡੇਟ ਰੱਖਦੇ ਹੋ ਮਤਲਬ ਉਸ ਚੀਜ਼ ਨਾਲ ਤੁਸੀਂ ਖੁਦ ਕਿਵੇਂ ਅਪ ਟੂ ਡੇਟ ਹੋ ਮੈਮ ਦੇਖੋ ਆਨਲਾਈਨ ਜਿਹੜਾ ਅਸੀਂ ਬੇਸਿਕਲੀ ਕਰ ਰਹੇ ਹੈਗੇ ਉਹ PTE ਦੇ ਲਈ ਹੈ ਪੀਅਰਸਨ ਟੈਸਟ ਆਫ ਇੰਗਲਿਸ਼ ਐਂਡ ਮੇਰਾ ਇੱਕ ਯੂਟਿਊਬ ਚੈਨਲ ਵੀ ਹੈ ਜੋ ਅਸੀਂ ਜਿਹਨਾਂ ਨਾਲ ਓਵਰਸੀਜ਼ ਸਟੂਡੈਂਟਸ ਨੂੰ ਟ੍ਰੇਨ ਕਰਦੇ ਹਾਂ ਜੋ ਸਟੂਡੈਂਟਸ ਬਾਹਰ ਬੈਠੇ ਆ ਜਿਹੜੇ ਅਪਡੇਸ਼ਨਸ ਲਈ ਮੈਂ ਖੁਦ ਸੈਮੀਨਾਰਸ ਅਟੈਂਡ ਕਰਦਾ ਹੈਗਾ ਪੀਅਰਸਨ IDP ਔਰ ਬ੍ਰਿਟਿਸ਼ ਕਾਊਂਸਲ ਦੇ ਮੈਂ ਇਹਨਾਂ ਵੱਲੋਂ ਸਰਟੀਫਾਈਡ ਟ੍ਰੇਨਰ ਹੈ ਔਰ ਕਲਾਸਿਸ ਮੈਂ ਖੁਦ ਲੈਣਾ ਹੈਗਾ ਵੀਕਲੀ ਕਲਾਸਿਸ ਹੋਣ ਜਾਂ ਮੈਂ ਇੱਕ ਜਾਂ ਦੋ ਮੋਡਿਊਲਸ ਡੇਲੀ ਬੇਸਿਸ 'ਤੇ ਸਟੂਡੈਂਟਸ ਨੂੰ ਖੁਦ ਆਪ ਕਰਾਉਣਾ ਤਾਂ ਕਿ ਉਹਨਾਂ ਦਾ ਜਿਹੜਾ ਲੈਵਲ ਆ ਉਹ ਇਨਕਰੀਜ਼ ਹੋਵੇ ਨਾਊ ਵੀ ਕੈਨ ਟਾਕ ਅਬਾਊਟ ਦ ਇਮੀਗ੍ਰੇਸ਼ਨ ਸਰਵਿਸਿਜ਼ ਕਿਹੜੀ ਕਿਹੜੀ ਕੰਟਰੀ ਦੇ ਨਾਲ ਤੇ ਕਿਹੜੇ ਕਿਹੜੇ ਵੀਜ਼ਾ ਦੇ ਨਾਲ ਡੀਲ ਕਰਦਾ ਹੈ ਦ ਇੰਗਲਿਸ਼ ਗਰੂਪ ਦ ਇੰਗਲਿਸ਼ ਗਰੂਪ ਮੈਂ ਬੇਸਿਕਲੀ ਡੀਲਸ ਵਿਦ ਆਲ ਟਾਈਪਸ ਆਫ ਵੀਜ਼ਾਸ ਅਸੀਂ ਸਟੱਡੀ ਵੀਜ਼ਾਸ ਕਰ ਰਹੇ ਹਾਂ ਪ੍ਰਾਇਮਰੀਲੀ ਅਸੀਂ ਕੈਨੇਡਾ ਕਰ ਰਹੇ ਹੈਗੇ ਆਸਟ੍ਰੇਲੀਆ ਕਰ ਰਹੇ ਹਾਂ ਵਿਦ ਸਾਰੀ ਜਿਹੜੀ ਵੀ ਫੀਸ ਹੈਗੀ ਟਿਊਸ਼ਨ ਫੀਸ ਆਪਸ਼ਨ ਹੈ ਸਟੂਡੈਂਟ ਕੋਲ ਕਿ ਉਹ ਬਾਅਦ ਵਿੱਚ ਪੇ ਕਰ ਸਕਦਾ ਕੋਈ ਰਿਸਕ ਨਹੀਂ ਹੈ ਇਹਦੇ ਵਿੱਚ ਸਟੂਡੈਂਟਸ ਨੂੰ ਬਟ ਬੇਸਿਕਲੀ ਉਹੀ ਫਾਈਲਸ ਅਸੀਂ ਲੈਂਦੇ ਹਾਂ ਜਿਹੜੀਆਂ 6 ਬੈਂਡਸ ਦੇ ਹੋਣ ਓਵਰਆਲ 6 ਬੈਂਡਸ ਨਾਟ ਲੈਸ ਦੈਨ 5.5 ਸਾਡੇ ਦਰਸ਼ਕ ਜਿਹੜੇ ਕਿ ਹੁਣ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਮੈਮ ਹੁਣ ਜਿਵੇਂ ਸਟੂਡੈਂਟਸ ਪਾਸ ਆਊਟ ਹੋਏ ਪਲੱਸ ਟੂ ਪਾਸ ਆਊਟ ਸਟੂਡੈਂਟਸ ਹੋਏ ਤਾਂ ਮੇਰਾ ਇਹੀ ਮੈਸੇਜ ਆ ਸਾਰਿਆਂ ਨੂੰ ਜਦੋਂ ਵੀ ਤੁਸੀਂ ਕਿਸੇ ਵੀ ਇਮੀਗ੍ਰੇਸ਼ਨ ਕੰਸਲਟੈਂਟ ਦੀਆਂ ਸਰਵਿਸਿਜ਼ ਲੈਣੀਆਂ ਹੈਗੀਆਂ ਈਵਨ ਆਇਲਸ ਕਰਨਾ ਹੈਗਾ PTE ਕਰਨਾ ਹੈਗਾ ਤਾਂ ਜਿਹੜੇ ਵੀ ਇੰਸਟੀਟਿਊਟਸ ਹੈਗੇ ਜਿਹੜੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈਗੇ ਆ ਉਹਨਾਂ ਕੋਲ ਜਾਓ ਤੁਸੀਂ ਪਲੱਸ ਜਿਹੜੇ IDP ਔਰ ਬ੍ਰਿਟਿਸ਼ ਕਾਊਂਸਲ ਦੁਆਰਾ ਵੀ ਜਿਹੜੇ ਟ੍ਰੇਨਰਸ ਹੈਗੇ ਸਰਟੀਫਾਈਡ ਟ੍ਰੇਨਰਸ ਆ ਉਹਨਾਂ ਦੀਆਂ ਸਰਵਿਸਿਜ਼ ਲਓ ਦ ਇੰਗਲਿਸ਼ ਗੁਰੂ ਦੇ ਨਾਲ ਅਸੀਂ ਗੱਲਬਾਤ ਕੀਤੀ ਜੇ ਇੱਥੋਂ ਦੇ ਮੈਨੇਜਮੈਂਟ ਟੀਮ ਨਾਲ ਮਿਲੇ ਜੇਕਰ ਤੁਹਾਡੀਆਂ ਵੀ ਕੋਈ ਕੁਆਇਰੀਜ਼ ਨੇ ਤੁਸੀਂ ਵੀ ਕੁਝ ਪੁੱਛਣਾ ਚਾਹੁੰਦੇ ਹੋ ਹੇਠ ਲਿਖੇ ਨੰਬਰਾਂ ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਇਵਨ ਕਿ ਇਹਨਾਂ ਦੀ ਆਨਲਾਈਨ ਵੈਬਸਾਈਟ ਵੀ ਹੈ ਜੀ ਉੱਥੇ ਵੀ ਵਿਜ਼ਿਟ ਕਰ ਸਕਦੇ ਹੋ ਇਸ ਦੇ ਨਾਲ ਹੀ ਮੇਰਾ ਪੰਜਾਬ ਦਾ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜੇ ਤੁਸੀਂ ਸਾਡੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਨਾਲ ਦੀ ਨਾਲ ਮੈਨੂੰ ਯਾਨੀ ਕਿ ਪ੍ਰਿਯੰਕਾ ਨੂੰ ਦਿਓ ਇਜਾਜ਼ਤ ਨਵੇਂ ਪ੍ਰੋਗਰਾਮ ਦੇ ਨਾਲ ਨਵਾਂ ਕੁਝ ਚੇਂਜ ਲੈ ਕੇ ਤੇ ਨਵਾਂ ਕੁਝ ਵੱਖਰਾ ਲੈ ਕੇ ਮੈਂ ਪ੍ਰਿਯੰਕਾ ਫਿਰ ਤੋਂ ਹਾਜ਼ਰ ਹੋਵਾਂਗੀ ਟਿਲ ਦੈਨ ਬਾਏ ਬਾਏ ਟੇਕ ਕੇਅਰ